हेलो जी, कितना हाल चाल सारिया का। वेलकम बैक। तो अज जो आप वीडियो लैके आए हाँ, हसांगे हसावे रौनक लावे। बेस्ट ऑफ जसविंदर भल्ला एंड बी एन शर्मा, दो वधिया चढ़ते पंजाब दे कॉमेडियन। कॉमेडियन उन्होंने फिल्मा भाएन तुसी फिर भाएन, एक तो भाएन जरा सैट है ना, भाएन का मतलब भाई जान। तो बाकी उन्होंने तो बगैर कोई भी फिल्म जी है ना, मैं कहना कॉमेडी पूरी होंगी नहीं गई। ਸਹੀ ਗੱਲ ਨਹੀਂ ਹੁੰਦੀ ਲੋਕ, ਉਸ ਉਹ ਫਿਲਮ ਸੀਰੀਅਸ ਹੈਗੀ ਹੈ, ਦੋ ਜਿੰਦੇ ਵਿੱਚ ਹੈਗੇ ਨੇ ਉਹ ਸਮਝ ਲਓ, ਫਿਰ ਤੁਸੀਂ ਹੱਸ ਹੱਸ ਕੇ ਪਾਗਲ। ਚਲੋ ਸ਼ੁਰੂ ਕਰੀਏ ਫਿਰ, ਬੈਸਟ ਆਫ ਜਸਵਿੰਦਰ ਭੱਲਾ ਐਂਡ ਬੀ ਐਨ ਸ਼ਰਮਾ ਕਰੀਏ ਸ਼ੁਰੂ। ਯੈਸ, ਰੈਡੀ ਹੋ? ਚਲੋ ਫਿਰ, ਵੇਖੀ ਕੀ ਜਾਂਦੇ ਹੋ, ਵੇਖੀ ਕੀ ਜਾਂਦੇ ਹੋ, ਸ਼ੁਰੂ ਕਰਨ ਲੱਗੇ ਆ। ਲਾਈਕ ਸ਼ੇਅਰ, ਹਾਂਜੀ, ਤੇ ਸਬਸਕ੍ਰਾਈਬ ਤੇ ਤੁਸੀਂ ਕੀਤਾ ਹੀ ਹੋਇਆ, ਕੀਤਾ ਹੀ ਹੋਏਗਾ, ਆਪਣੇ ਮੀਡੀਆ ਕੋਲ ਵੀ ਕਰਾਇਆ ਹੋਏਗਾ। ਸਤਿ ਸ਼੍ਰੀ ਅਕਾਲ ਡੈਡੀ। ਸੁਖਵੀਰ ਸਿੰਘ ਸੋਹੀ ਦੀ ਅੱਖ ਬਾਜ ਵਰਗੀ ਤੇ ਨੀਤ ਟੱਲੇ ਵਾਲੇ ਸਾਧ ਵਰਗੇ। ਮੰਨਿਆ ਤੂੰ ਮੇਰਾ ਜਵਾਈ ਆ, ਪਰ ਇਹਦਾ ਮਤਲਬ ਇਹ ਨਹੀਂ ਜਿਹੜਾ ਵੇਲੇ ਮਰਜ਼ੀ ਘੰਟੀਆਂ ਖੜਕਾ ਕੇ ਅੰਦਰ ਆ ਜਵੇਂ। ਤੈਨੂੰ ਸਵੇਰੇ ਚਾਬੀ ਦਿੱਤੀ ਸੀ? ਦਿੱਤੀ ਸੀ। ਮੁੱਕ ਗਈ? ਮੁੱਕ ਗਈ। ਚਾਬੀ ਨਾਲ ਹੀ ਦਰਵਾਜ਼ਾ ਖੋਲ ਸਕਦਾ ਸੀ? ਘੰਟੀ ਮਾਰਨ ਨਾਲ ਕੋਈ ਨੁਕਸਾਨ ਹੋ ਗਿਆ ਡੈਡੀ ਜੀ? ਕਹਿੰਦਾ ਕੋਈ ਨੁਕਸਾਨ ਹੋ ਗਿਆ? ਬਿਜਲੀ ਦਾ ਬਿੱਲ ਨਹੀਂ ਵਧਿਆ? ਨਾਲੇ ਚਾਬੀ ਮੈਂ ਤੈਨੂੰ ਕੰਨ ਖੁਰਕਣ ਨੂੰ ਦਿੱਤੀ ਹੈ ਤੇ ਸਾੜੀ ਕਿ ਟਾਂਕੇ ਘੁੰਮਣ ਨੂੰ ਦਿੱਤੀ ਹੈ। ਮੁੱਲਾਂ ਦੀ ਦੌੜ ਮਸੀਤ ਤੱਕ, ਘਰੋਂ ਦਫ਼ਤਰ, ਦਫ਼ਤਰੋਂ ਘਰੇ, ਰਾਤ ਕੋਈ ਸਬਜ਼ੀ ਮੰਡੀ ਨਹੀਂ ਪੈਂਦੀ ਸੀ ਵੀ ਆਉਂਦਾ ਹੈ ਬੰਦਾ ਸਬਜ਼ੀ ਭਾਜੀ ਫੜ ਲਿਆਵੇ। ਚੱਲ ਸਬਜ਼ੀ ਭਾਜੀ ਨੂੰ ਮਾਰ ਗੋਲੀ, ਤੈਨੂੰ ਪਤਾ ਮੈਂ ਹਾਰਰ ਫਿਲਮਾਂ ਦੇਖਣ ਦਾ ਸ਼ੌਕੀਨ ਹਾਂ, ਤੈਨੂੰ ਡੀਵੀਡੀ ਲਿਆਉਣ ਨੂੰ ਕਿਹਾ ਸੀ, ਲਿਆਂਦੀ ਆ? ਸੌਰੀ ਡੈਡੀ। ਕਿਹੜੀ ਕਿਹੜੀ ਗੱਲ ਦੀ ਮਾਫੀ ਦਵਾਂ ਮੈਂ? ਕਾਫੀ ਟਾਈਮ। ਅੱਜ ਫੇਰ ਉਹੀ ਕਾਫੀ, ਤੈਨੂੰ ਪਤਾ ਤਾਂ ਹੈ ਸਿਮਰਤ ਮੈਂ ਬਲੈਕ ਕਾਫੀ ਪੀਂਦੀ। ਕੀ ਗੱਲ, ਦੁੱਧ ਵਾਲੇ ਨਾਲ ਪਿੱਤ ਨਿਕਲਦੀ ਆ? ਜਾਂ ਅੱਜ ਕੱਲ੍ਹ ਤੇਰੀ ਤਾਂ ਸਾੜ ਸਤੀ ਚੱਲਦੀ ਆ ਵੀ ਤੈਨੂੰ ਹਰੇਕ ਚੀਜ਼ ਕਾਲੀ ਚਾਹੀਦੀ ਆ, ਕਾਲੀ ਪੈਂਟ, ਕਾਲੀ ਕਾਫੀ, ਕਾਲੀ ਸੋਚ, ਕਾਲੀ ਦਾੜੀ। ਡੈਡੀ ਜੀ, ਤੁਸੀਂ ਅਰਜਨ ਨਾਲ ਕਿੰਨਾ ਮਜ਼ਾਕ ਕਰਦੇ ਹੋ। ਬੇਟਾ ਮੇਰੇ ਕੋਈ ਸਾਲੀ ਨਹੀਂ ਨਾ, ਇਸ ਕਰਕੇ ਮੈਂ ਅਰਜਨ ਨਾਲ ਸਾਲੀ ਮਜ਼ਾਕ ਕਰਦਾ। ਮੇਰੀ ਸਾਲੀ ਕੋਈ ਨਹੀਂ ਨਾ। ਅਰਜਨ, ਮੈਂ ਡੈਡੀ ਲਈ ਕਾਫੀ ਬਣਾਈ ਸੀ 2 ਮਿੰਟ ਪਹਿਲਾਂ, ਫਿਰ ਤੁਹਾਡੇ ਲਈ ਵੀ ਬਣਾ ਲਈ। ਪਲੀਜ਼ ਪੀ ਲਓ ਨਾ, ਨਹੀਂ ਤਾਂ ਰੋਲ ਨਹੀਂ ਪਵੇਗੀ। ਪੀਲਾ ਪੀਲਾ, ਦਾਨ ਦੀ ਗਊ ਦੇ ਦੰਦ ਨਹੀਂ ਵੇਖੀ ਦੇ। ਇੱਕ ਤਾਂ ਇਸ ਪਰਮਾਨੈਂਟ ਪ੍ਰਾਹੁਣੇ ਨੇ ਦੁਖੀ ਕਰਕੇ ਰੱਖ ਲਿਆ। ਅਸ਼ਕੇ, ਨਾ ਜਦ ਤੇਰੇ ਕੋਲ ਆਪਣੀ ਚਾਬੀ ਹੈਗੀ ਆ, ਮੈਨੂੰ ਉੱਠਣ ਨੂੰ ਜ਼ਰੂਰ ਤਕਲੀਫ ਦੇਣੀ ਸੀ? ਉਹ ਤਾਂ ਮੈਂ ਤਾਂ ਸੋਚਿਆ ਕਿ ਕੀ ਸੋਚਿਆ ਤੂੰ, ਸੋਚਣ ਨੂੰ ਤੂੰ ਸਾਇੰਟਿਸਟ? ਦੇਖ ਹੁਣ ਕੌਣ ਆਇਆ। ਮੈਂ ਸੋਚਿਆ ਯੂਅਰ ਕੋਰੀਅਰ ਸਰ, ਪਲੀਜ਼ ਸਾਈਨ। ਥੈਂਕ ਯੂ। ਆਪਣਾ ਸਾਂਝਾ ਈਮੇਲ ਆਈਡੀ ਚੈੱਕ ਕਰੋ, ਅਰਜੈਂਟ। ਹੁਣ ਟਿੱਡੀਆਂ ਨੂੰ ਵੀ ਨਿਉਤੇ ਆਉਣ ਲੱਗ ਪਏ, ਕਿੱਥੋਂ ਆਇਆ ਕੋਰੀਅਰ? ਓ, ਇਹ ਤਾਂ ਮੇਰਾ ਆਫੀਸ਼ੀਅਲ ਹੈ। ਆਫੀਸ਼ੀਅਲ ਨੂੰ ਬਾਬਾ ਨੇ ਵਾਈਟ ਹਾਊਸ ਬੁਲਾਇਆ? ਮੈਂ ਜਾਵਾਂ ਵਾਈਟ ਹਾਊਸ? ਮੇਰਾ ਮਤਲਬ ਮੈਂ ਚੱਲਾਂ। ਚੱਲਣ ਨੂੰ ਤੂੰ ਨਾ ਰਾ ਹੈ, ਇਹ ਆਪਣੇ ਬੈਡਰੂਮ ਚ ਜਾਣ। ਉਹਦੇ ਭੱਲਾ ਸਾਹਿਬ ਦੀ ਸਾਲੀ ਕੋ ਨਹੀਂ ਤੇ ਮੇਰੀ ਸ਼ੂਗਲ ਜਿਹੜਾ ਜਵਾਈ ਨਾਲ ਹੀ ਲਾਣਾ, ਹੋਰ ਕੀ ਕਰਨਾ ਆ? ਦੀ ਬਜਾਏ ਅੱਜ ਭਮੱਤਰ ਕੇ ਮੇਰੇ ਬੈਡਰੂਮ ਚ ਕਿਉਂ ਜਾ ਰਿਹਾ? ਇਹਦਾ ਮਤਲਬ ਜ਼ਰੂਰ ਆ ਕੁਛ ਕੋਰੀ ਹੈ। ਓਏ, ਕੀ ਸਿਆਪਾ ਖੜਾ ਕਰਤਾ ਤੁਸੀਂ? ਬਾਪਾ ਜੀ, ਪਾਪਾ ਜੀ ਨੇ ਦਿੱਤੀ ਸੀ ਇਹ ਮੂਰਤੀ, ਰਘੂ ਤੋਂ ਲੈ ਕੇ ਆਏ ਸੀ ਇਹ ਮੂਰਤੀ, ਜਿਹੜੀ ਤੋੜਦੀ ਏ ਮੂਰਤੀ, ਐਡੀ ਕੀਮਤੀ ਸੀ ਇਹ ਮੂਰਤੀ। ਫਿਕਰ ਨਾ ਕਰੋ, ਅਸੀਂ ਪੈਸੇ ਦੇ ਦੇਵਾਂਗੇ ਜਿੰਨਾ ਵੀ। ਕਿੱਡਾ ਕਮੀਰ ਹੈ ਤੂੰ ਪੈਸੇ ਦੇਣ ਨੂੰ, ਬੋਲ ਕਿੱਡਾ ਕਮੀਰ ਹੈ? ਹਾਂ, ਇੱਕ ਮਿੰਟ ਸਰ ਥੱਲੇ ਰੱਖ ਕੇ ਗੱਲ ਕਰ। ਕਿੱਡਾ ਕਮੀਰ ਹੈ ਤੂੰ? ਹਾਂ, ਲੱਗਿਆ ਸਾਡੇ ਮੁੰਡੇ ਨੂੰ ਘੂਰਨ। ਸਾਡਾ ਮੁੰਡਾ? ਓਏ, ਤੁਸੀਂ ਕੌਣ? ਮੈਂ ਖਾਮ ਖਾ, ਤੂੰ ਵਿੱਚੋਂ ਬੜੇਵੇਂ ਲੈਣੇ? ਅੰਕਲ ਜੀ, ਅੰਕਲ ਜੀ, ਤੁਸੀਂ ਸਾਨੂੰ ਏਅਰਪੋਰਟ ਤੋਂ ਛੱਡ ਕੇ ਕਿੱਥੇ ਚਲੇ ਗਏ ਸੀ? ਮੈਂ ਬੇਟੇ ਟੱਠੇ ਖੂਹ 'ਚ ਚਲਾ ਗਿਆ ਸੀ। ਮੈਨੂੰ ਥਾਈਲੈਂਡ ਆਏ ਨੂੰ 30 ਸਾਲ ਹੋ ਗਏ, ਇਹ ਟੱਠਾ ਖੂਹ ਕਿੱਥੇ ਹੈ? ਧੌਲੇ ਕੂਏ ਕੋਲ ਆ।
ਇਹ ਤੋੜਾ ਕੂਆ ਕਿੱਥੇ ਹੈ? ਦੋਨੇ ਕੋਲ ਕੋਲ ਆ। ਅੱਛਾ ਹਾਂ, ਨਾ ਤੂੰ ਕਿੱਥੇ ਲੁਕਿਆ ਫਿਰਦਾ ਹੋਇਆ? ਨਹੀਂ ਡੈਡੀ ਜੀ, ਬਸ ਉਹ ਤੂੰ ਕੀ ਸੋਚਿਆ ਸੀ ਮੈਂ ਏਅਰਪੋਰਟ ਤੋਂ ਧੱਕੇ ਧੁੱਕੇ ਖਾ ਕੇ ਵਾਪਸ ਇੰਡੀਆ ਚੱਲ ਜਾਊਗਾ? ਸੋਹੀ ਦੀ ਅੱਖ ਬਾਜ ਵਰਗੀ ਤੇ ਨੀਤ ਟੱਲੇ ਵਾਲੇ ਸਾਧ ਵਰਗੀ। ਨਾਲੇ ਇੱਕ ਗੱਲ ਨਾ ਭੁੱਲ, ਮੇਰੀਆਂ ਨਾਸਾਂ ਕੀੜੀ ਵਰਗੀਆਂ 100 ਮੀਲ ਤੋਂ ਪੈੜ ਕੱਢ ਲੈਂਦੀਆਂ। ਡੈਡੀ ਜੀ ਮੈਂ ਏਅਰਪੋਰਟ ਤੋਂ ਗਿੱਲ ਤੂੰ ਬਾਅਦ ਜਸਟੀਫਿਕੇਸ਼ਨ ਦੇ ਦੀ। ਪਹਿਲਾਂ ਆਪਾਂ ਗਿੱਲ ਨੂੰ ਸਾਂਭ ਲਈਏ, ਉਹਨੂੰ ਉਲਟੀ ਆ ਰਹੀ ਹੈ। ਹਾਂ ਉਲਟੀ ਆ ਰਹੀ ਹੈ, ਉਲਟੀ ਆ ਰਹੀ ਹੈ। ਉਲਟੀ ਆਉਣ ਨੂੰ ਮੇਰਾ ਪੈਰ ਭਾਰੀ ਆ। ਓ ਯਾਰ ਤੈਨੂੰ ਆ ਰਹੀ ਹੈ? ਆ ਰਹੀ ਹੈ, ਓਏ ਪਾਪਾ ਜੀ ਤੇ ਨਾ ਉਲਟੀ ਕਰਦੀ ਇਹਨੂੰ। ਤੈਨੂੰ ਨਹੀਂ ਆ ਰਹੀ ਉਲਟੀ? ਮੈਨੂੰ ਗਿੱਲ ਤੇ ਤੂੰ ਉਲਟੀ ਆ ਰਹੀ ਹੈ ਯਾਰ। ਅੱਛਾ ਗਿੱਲ, ਇਹ ਉਹ ਗਿੱਲ ਆ ਜਿਹਨੂੰ ਕਹਿੰਦੇ ਸੀ ਕ੍ਰਿਟੀਕਲ ਇਲ। ਇਹ ਤਾਂ ਸਾਲਾ ਝੋਟੇ ਵਰਗਾ ਪਿਆ। ਕਿਹੜੀ ਬਿਮਾਰੀ ਆ ਇਹਨੂੰ? ਦਿਲ ਚ ਮੋਰੀ ਹੈ? ਨਹੀਂ 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 ਸੋਹੀ ਅੰਕਲ, ਇਹਦਾ ਮਤਲਬ ਇਹਨੂੰ ਕੈਂਸਰ ਦੇ ਨਾਲ ਨਾਲ ਦਿਲ ਚ ਮੋਰੀ ਵੀ ਹੈ। ਮੈਨੂੰ ਨਾ ਸਾਹ ਨਹੀਂ ਆਦਾ ਜਦੋਂ ਤੱਕ ਇਹਦੀ ਛਾਤੀ ਤੇ ਮੁੱਕੀ ਨਾ ਪੈ। ਹਾਂਜੀ ਹਾਂਜੀ ਹਾਂਜੀ। ਉਹ ਵੇਖਿਓ ਉਹਦੇ ਫੇਫੜੇ ਕਿ ਦੋ ਸਾਹ ਦੇ ਸਾਲੇ ਉਹੀ ਨਾ ਮੋਰੀ ਰਾਈ ਬਾਹਰ ਕੱਢ ਦਿਓ ਕਿਤੇ। ਨਾ ਟੱਕਰ ਚੁੱਪ ਕਰਕੇ ਹਾਂ ਮਰ ਗਿਆ। ਉਹ ਮਰ ਗਿਆ, ਉਹ ਮਰ ਗਿਆ। ਓਏ ਉੱਠਿਆ ਗਿੱਲ ਯਾਰ, ਉੱਠ ਗਿਆ। ਇਹ ਤਾਂ ਸੱਚੀ ਉਹ ਬਿਮਾਰ ਲੱਗਦਾ। ਮੈਨੂੰ ਵੇਖ ਕੇ ਬਿੰਗੇ ਬਿੰਗੇ ਮੂੰਹ ਬਣਾ ਰਹੀ ਆ। ਭਾਵੇਂ ਸਾਰਾ ਸਟਾਫ ਛੁੱਟੀ ਤੇ ਚੱਲ ਜਾਵੇ ਪਰ ਤੇਰੇ ਕੋਲੋਂ ਮਾਲਿਸ਼ ਨਹੀਂ ਕਰਾਉਣੀ ਮੈਂ। ਜਿਹਦੇ ਕਰਕੇ ਤੁਸੀਂ ਇੱਥੇ ਆਂਦੇ ਹੋ ਨਾ, ਮਸਾਜ ਤਾਂ ਤੁਹਾਨੂੰ ਉਹਨੇ ਤੋਂ ਵੀ ਨਹੀਂ ਮਿਲਨੀ। ਮੈਡਮ ਇਜ਼ ਨਾਟ ਹੇਅਰ। ਮੈਡਮ ਇਜ਼ ਨਾਟ ਹੇਅਰ? ਨੋ। ਓ ਮਾਈ ਗੋਡ। ਹੈਲੋ ਮਿਸਟਰ ਸਿੰਘ। ਇਹ ਉਹਦਾ ਭੂਤ ਆ। ਹਾਏ ਮਿਸਟਰ ਸਿੰਘ, ਬੜਾ ਹਾਈ ਹਾਈ ਕਰਦੇ ਹੋ। ਅੱਜ ਫਿਰ ਮੋਢਾ ਅੜ ਗਿਆ? ਨਹੀਂ, ਗੋਡਾ ਅੜ ਗਿਆ। ਉਮਰ ਦਾ ਤਕਾਜ਼ਾ ਹੈ। ਤੈਨੂੰ ਬੜੇ ਹਾਸੇ ਚੜੇ। ਉਮਰ ਦਾ ਤਕਾਜ਼ਾ ਹੈ? ਅਜੇ ਤੇ ਮੇਰੀ ਚੜ੍ਹਦੀ ਉਮਰ ਆ। ਉਹ ਤਾਂ ਜਿਮ 'ਚ ਮੈਂ ਕੱਲ੍ਹ ਟ੍ਰੈਡਮਿਲ 'ਤੇ ਚੜ ਗਿਆ ਅਤੇ ਭੱਜਦੇ ਦਾ ਮੇਰਾ ਗੋਡਾ ਲੌਕ ਹੋ ਗਿਆ ਅਤੇ ਮੈਂ ਸੋਚਿਆ ਹਰਜਿੰਦਰ ਕੋਲੋਂ ਮਾਲਿਸ਼ੀ ਕਰਾਇਆ ਉਹਨੇ। ਐਕਚੁਅਲੀ ਹੁਣ ਤਾਂ ਕਿਸੇ ਹੋਰ ਦੀ ਅਪੁਆਇੰਟਮੈਂਟ ਸੀ। ਜੇ 5 ਮਿੰਟ ਹੋਰ ਨਹੀਂ ਆਏ ਨਾ ਤਾਂ ਮੈਂ ਆਪ ਤੁਹਾਡੇ ਗੋਡੇ ਦੀ ਮਸਾਜ ਕਰ ਦਿਆਂਗੀ। ਅਦਰਵਾਈਜ਼ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਏਗਾ। ਹਰਜਿੰਦਰ ਦਾ ਇੰਤਜ਼ਾਰ ਅਤੇ ਸੁਖਵੀਰ ਸਿੰਘ ਸੋਹੀ ਸਾਰੀ ਜ਼ਿੰਦਗੀ ਕਰ ਸਕਦਾ। ਵੈਲਕਮ ਸਰ। ਹਾਏ ਹਰਜਿੰਦਰ। ਹੈਲੋ ਸਰ। ਇਹ ਕਿੱਥੋਂ ਆ ਗਿਆ ਇੰਡੀਅਨ ਸੂਮੋ? ਨੈਸ਼ ਇੱਥੇ ਵੀ ਮੱਥੇ ਲੱਗਿਆ। ਇਹ ਭਾਈ ਸਾਹਿਬ ਇਹ ਪਾਰਲਰ ਹੈ, ਕੋਈ ਵਰਕਸ਼ਾਪ ਨਹੀਂ। ਕਿੱਥੇ ਗੁਆਰੇ ਚ ਹਵਾ ਭਰਾਉਣ ਆ ਗਿਆ? ਸ਼ਟ ਅਪ ਨੌਨਸੈਂਸ, ਯੂ ਸ਼ਟ ਅਪ। ਮੈਂ ਤੇ ਫੁੱਲ ਬੋਡੀ ਮਸਾਜ ਕਰਾਉਣ ਆਇਆ। ਫੁੱਲ ਬੋਡੀ ਮਸਾਜ? ਮੈਡਮ ਤੁਸੀਂ ਆਪਣਾ ਪਾਰਲਰ ਫੇਲ ਕਰਾਉਣਾ? ਓਏ ਮੋਰ ਦਾ ਵੀ 500 ਤੇ ਡਾਇਨਾਸੌਰ ਦਾ ਵੀ 500। ਬਸ ਬੰਦ ਕਰ, ਮੈਂ ਤੇਰੇ ਵਰਗੇ ਗਰੀਬ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ। ਮੈਨੂੰ ਗਰੀਬ ਆਦਮੀ ਦੱਸਦਾ, ਮੈਂ ਸਾਲਿਆ ਤੇਰਾ ਗੁਰਦਾ ਮੰਗ ਲਿਆ? ਸ਼ਟ ਅਪ, ਯੂ ਸ਼ਟ ਅਪ। ਮੈਡਮ ਚਲੋ ਮੇਰੀ ਮਸਾਜ ਕਰੋ। ਕਿਵੇਂ ਕਰੇਗੀ ਤੇਰੀ ਮਸਾਜ? ਅਪਾਇੰਟਮੈਂਟ ਪਹਿਲਾਂ ਮੈਂ ਲਈ ਹੋਈ ਹੈ। ਮੈਂ ਠੇਕਾ ਲਿਆ ਤੇਰੀ ਅਪਾਇੰਟਮੈਂਟ ਦਾ? ਅਰਜਿੰਦਰ। ਮਿਸਟਰ ਸਿੰਘ, ਅਪਾਇੰਟਮੈਂਟ ਤਾਂ ਇਹਨਾਂ ਦੀ ਹੈ, ਤੁਸੀਂ ਆਓ ਮੇਰੇ ਨਾਲ। ਕਰੋ ਇੰਤਜ਼ਾਰ ਜ਼ਿੰਦਗੀ ਭਰ। ਕਰਦੀ ਕੀ ਹੈ ਜਪਾਨੀ ਕੁਕੜੀ, ਮੁੱਕੀ ਮਾਰ ਕੇ ਆਂਡਾ ਫੇਰ। ਓ ਮੈਨੇਜਰਾ, ਮੈਨੇਜਰਾ। ਹਾਂਜੀ, ਕੀ ਗੱਲ ਹੋ ਗਈ ਜੀ? ਹਾਂਜੀ ਤੇ ਬੱਚਿਆ, ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਚੀਟਿੰਗ ਕਰਦੇ ਨੂੰ? ਤੂੰ ਤਾਂ ਕਹਿੰਦਾ ਸੀ ਸਾਡੇ ਹੋਟਲ ਵਿੱਚ ਤੁਹਾਡੇ ਵਾਸਤੇ ਹਰੇਕ ਚੀਜ਼ ਦਾ ਅਰੇਂਜਮੈਂਟ ਆ, ਸਵਾ ਅਰੇਂਜਮੈਂਟ ਆ, ਬਾਥਰੂਮ 'ਚ ਇੱਕ ਝਾਵਾਂ ਤੱਕ ਤਾਂ ਹੈ ਨਹੀਂ। ਸਰ ਝਾਵੇਂ ਨਾਲ ਤੁਸੀਂ ਕੀ ਰਗੜਨਾ? ਉਹ ਕਈ ਵਾਰ ਬੰਦੇ ਨੇ ਰਗੜ ਰਗੜ ਕੇ ਜਨਮਾਂ ਜਨਮਾਂ ਦੀ ਮੈਲ ਲਾਉਣੀ ਹੁੰਦੀ ਹੈ, ਰੱਖਿਆ ਕਰੋ ਵੀ ਝਾਵਾਂ। ਜੇ ਝਾਵਾਂ ਨਹੀਂ ਨਾ ਹੈ ਤੁਹਾਡੇ ਕੋਲ ਤਾਂ ਬਾਥਰੂਮ 'ਚ ਇਹੋ ਜਿਹੀ ਸ਼ਾਹ ਜ਼ਰੂਰ ਬਿਠਾ ਲਿਆ ਕਰੋ। ਝਾਵੇਂ ਵਰਗੀ ਤਾਂ ਤੇਰੀ ਸ਼ਕਲ ਹੋ, ਤੈਨੂੰ ਬੜੇ ਹਾਸੇ ਚੜੇ ਸੀ, ਮੈਂ ਕੋਈ ਚੁਟਕਲਾ ਸੁਣਾਇਆ ਸੀ? ਜਿੰਨੀ ਤਕਲੀਫ ਤੁਹਾਨੂੰ ਉੱਠਣ ਵੇਲੇ ਹੁੰਦੀ ਹੋਣੀ। ਤਕਲੀਫ ਤਾਂ ਮੈਨੂੰ ਹੋਰ ਬੜੇ ਕੰਮਾਂ 'ਚ ਹੁੰਦੀ ਆ ਜਿਹੜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਉਂ? ਮੇਰਾ ਭਾਰ ਬਹੁਤ ਹੈ ਨਾ। ਪੁੱਤ, ਇਹ ਸੱਚੀ ਗੱਲ ਹੈ ਕਿ ਤੂੰ ਨਹੀਂ ਉੱਠ ਸਕਦਾ? ਦੇਖੀ ਬਾਅਦ 'ਚ ਚੀਟ ਨਾ ਕਰ। ਨਹੀਂ ਨਹੀਂ, ਫਿਰ ਹੱਥ ਪੋੜਾ। ਹੱਥ ਆ ਲੋ। ਇੱਕ ਮਿੰਟ, ਟਿਕ ਜਾ ਟਿਕ ਜਾ ਟਿਕ ਜਾ। ਤੇਰਾ ਭਾਰ ਹੌਲਾ ਕਰ ਰਿਹਾ। ਤੇਰਾ ਬਿੱਲ ਨੱਚਣਾ ਤੇਰੇ ਨਾਂ ਤੇ ਬੋਲੀਆਂ ਪਾ ਕੇ, ਮਿੱਤਰਾਂ ਨੇ ਅੱਜ ਬਿੱਲ। ਮੈਨੇਜਰ। ਹਾਂਜੀ। ਆਏ ਦੱਸ, ਇੱਥੇ ਕੋਈ ਉਸ ਤਰ੍ਹਾਂ ਦੀ ਬਾਰ ਹੈ?
ਉਸਤਰੇ ਵਾਲੀ? ਓਏ ਸ਼ੇਵ ਕਰਨ ਵਾਲੀ ਨਹੀਂ, ਉਸ ਤਰ੍ਹਾਂ ਦੀ। ਕਿਸ ਤਰ੍ਹਾਂ ਦੀ ਸਰ? ਪਾਠ ਪੂਜਾ ਕਰਨ ਵਾਲੀ। ਮੇਰਾ ਮਤਲਬ ਕੋਈ ਤੜਕ ਭੜਕ ਵਾਲੀ ਬਾਹਰ ਹੈ। ਮਾਫ ਕਰਨਾ, ਇਸ ਉਮਰੇ ਤੜਕੇ ਤੁਹਾਨੂੰ ਬਹੁਤੇ ਸੂਟ ਨਹੀਂ ਕਰਨਗੇ। ਕੀ ਗੱਲ, ਇਸ ਉਮਰੇ ਮੇਰੇ ਗੋਡਿਆਂ 'ਚ ਪਾਣੀ ਪੈ ਗਿਆ ਜਾਂ ਮੇਰੇ ਹੱਥ ਪੈਰ ਸੌਂਦੇ ਆ? ਓਲਡ ਸਕੂਲ। ਤੈਨੂੰ ਇਸ ਉਮਰੇ ਵੀ ਅੱਗ ਲੱਗੀ ਹੋਈ ਹੈ? ਸਰ, ਅੱਗ ਤਾਂ ਅਖੀਰਲੀ ਉਮਰੇ ਹੀ ਲੱਗਦੀ ਹੁੰਦੀ ਹੈ। ਮੈਨੂੰ ਤਾਂ ਲੱਗੀ ਨਹੀਂ। ਤੁਹਾਨੂੰ ਤਾਂ ਲੱਗਣ ਵੇਲੇ ਵੀ ਨਹੀਂ ਲੱਗੀ। ਇਹੋ ਜਿਹਾ ਕਿਹੜਾ ਗੱਡਾ ਖੜਾ ਸੀ ਫਤਿਹ ਦਾ? ਸੱਚ ਕਿਹਾ ਨਾ ਸਿਆਣਿਆਂ ਨੇ ਕਿ ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ। ਹੁਣ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ, ਤੁਹਾਨੂੰ ਇਹਦੇ ਚ ਕੋਈ ਜੋੜੀ ਵਾਲੀ ਗੱਲ ਲੱਗਦੀ ਆ? ਕਿਉਂ, ਜੋੜੇ ਨੂੰ ਗ੍ਰਹਿਣ ਲੱਗਿਆ ਹੋਇਆ, ਕੀ ਕਮੀ ਹੈ? ਬਸ ਮਾੜੀ ਜੀ ਕੁੜੀ ਸਿੰਪਲ ਹੈ ਬਸ। ਅੱਖਾਂ 'ਚ ਮੋਤੀਆਂ ਉਤਰਿਆ। ਸੁਖਵੀਰ ਸਿੰਘ ਸੋਹੀ ਦੀ ਅੱਖ ਬਾਜ ਵਰਗੀ ਤੇ ਨੀਤ ਟੱਲੇ ਵਾਲੇ ਸਾਧ ਵਰਗੀ। ਮੈਨੂੰ ਕਹਿੰਦਾ ਕੀ ਨੁਕਸਾ ਕੁੜੀ 'ਚ? ਉਹ ਨੁਕਸੀ ਨੁਕਸਾ, 10 ਨੰਬਰ ਦੀ ਕੁੜੀ ਦੇ ਐਨਕ ਲੱਗੀ ਆ। ਦੰਦ ਕੁੜੀ ਦਾ ਖੁਬਚੂ ਖੁਬਚੂ, ਕੱਦ ਕੁੜੀ ਦਾ ਗੁਟਕੂ ਗੁਟਕੂ। ਕਾਲੇ ਰੰਗ ਦੀ ਕਲੋਟੀ ਨੇ ਜ਼ਮੀਨ ਦਾ ਲਾਲਚ ਦੇ ਕੇ ਦਹੀਂ ਦੇ ਫੁੱਟ ਵਰਗਾ ਮੁੰਡਾ ਫਸਾ ਲਿਆ। ਮੈਨੂੰ ਤਾਂ ਹੈਰਾਨ ਗਿਆ ਕੁੜੀ ਦੇ ਘਰਦਿਆਂ ਦੇ ਹੌਸਲੇ ਤੇ, ਜਿਨ੍ਹਾਂ ਨੇ ਇਹੋ ਜਿਹਾ ਡਿਫੈਕਟਡ ਪੀਸ ਮਾਰਕੀਟ 'ਚ ਉਤਾਰਿਆ। ਇੱਧਰ ਫੜਾ ਓਏ ਓਏ, ਗੋਲਗੱਪੇ ਖਾਣ ਦਾ ਸ਼ੌਕ ਆ ਤਾਂ ਪਲੇਟ ਆਪਣੀ ਚੱਕ, ਲੱਗਿਆ ਮੇਰੀ ਪਲੇਟ 'ਚ ਹੱਥ ਪੱਲਾ ਮਾਰ। ਆਪਣੀ ਪਲੇਟ 'ਚ ਤਾਂ ਅੱਜ ਤੱਕ ਮੈਂ ਕਦੇ ਘਰ ਵਾਲੀ ਨੂੰ ਨਹੀਂ ਖਾਇਆ। ਉਹ ਤੇਰੀ ਪਲੇਟ ਤੋਂ ਖਾਂਦਾ ਕੌਣ ਹੈ? ਤੇਰੇ ਹੱਥ ਦਾ ਦਿੱਤਾ ਤਾਂ ਮੈਂ ਕੱਚਾ ਬੇਰ ਨਾ ਖਾਵਾਂ? ਸ਼ਰਮ ਨਹੀਂ ਆਉਂਦੀ? ਜਿਹੜੀ ਥਾਲੀ 'ਚ ਖਾਣਾ ਉੱਥੇ ਚੇਕ ਕਰੀ ਜਾਂਦਾ। ਆ ਮੇਰੀ ਜ਼ਿੰਦਗੀ ਦੇ ਰਾਹੂ ਕੇਤੂ ਕਿੱਥੋਂ ਇਕੱਠੇ ਹੋ ਗਏ? ਬਕਵਾਸ ਕਰਨ ਤੋਂ ਪਹਿਲਾਂ ਸੋਚ ਤਾਂ ਲੈਂਦਾ ਕਿ ਜਿਹੜੀ ਕੁੜੀ ਦੀ ਤੂੰ ਨਿੰਦਾ ਕਰੀ ਜਾਂਦਾ ਉਹ ਮੇਰੀ ਭਤੀਜੀ ਆ। ਭਤੀਜੀ? ਭਤੀਜੀ? ਜੇ ਉਹ ਭਤੀਜੀ ਆ ਉਹਨੂੰ ਮੈਂ 21 ਤੋਪਾਂ ਦੀ ਸਲਾਮੀ ਦੇਵਾਂ? ਭਤੀਜੀ ਨਾ ਹੋਗੀ, ਕੈਟਰੀਨਾ ਹੀ ਹੋਗੀ। ਸਾਡੀ ਕੁੜੀ ਕੈਟਰੀਨਾ ਨਹੀਂ ਹੈਗੀ, ਤੁਹਾਡਾ ਮੁੰਡਾ ਕਿਹੜਾ ਸਾਲਾ ਸਲਮਾਨ ਖਾਨ ਹੈ? ਕੀ ਗੱਲ ਹੋਗੀ ਜੀ? ਗੱਲ ਕੀ ਹੋਣੀ ਆ? ਆ ਬਿਨਾਂ ਬੁਲਾਇਆ ਜਨੌਰ ਜਿਹਾ ਆ ਗਿਆ। ਮੈਨੂੰ ਜਨੌਰ ਦੱਸਦਾ ਤੂੰ ਕਿਉਂ ਗੈਂਡਿਆ ਜਿਹਾ? ਤੂੰ ਮੈਨੂੰ ਗੈਂਡਾ ਕਿਹਾ? ਆਹੋ ਨਾ, ਤੂੰ ਮੇਰੇ ਨੱਕ ਤੇ ਹੱਡੀ ਦੇਖ ਲਈ। ਉਹ ਸਰ ਕਿਉਂ ਗੁੱਸਾ ਕਰੀ ਜਾਂਦੇ ਹੋ ਜੀ? ਯਾਰ ਗੁੱਸਾ ਕਰਾਂ ਨਾ, ਸਾਡੀ ਕੁੜੀ ਦੀ ਨਿੰਦਾ ਕਰੀ ਜਾਂਦਾ? ਅੱਛਾ ਕਦੇ ਕਿ ਮੁੰਡੇ ਦੀ ਜਿੱਦਾਂ ਬੱਸ ਸਟੈਂਡ ਤੇ ਮੁੰਡਾ ਵੇਚਣ ਵਾਲਾ ਹੁੰਦਾ। ਇਹ ਤਾਂ ਮੈਂ ਦਿੱਲੀ ਗਿਆ ਹੋਇਆ ਸੀ ਤਾਂ ਪਿੱਛੋਂ ਭਾਣਾ ਵਰਤ ਗਿਆ। ਜੇ ਮੈਂ ਉਰੇ ਹੁੰਦਾ ਨਾ ਫੇਰ ਦੇਖਦਾ ਮਲੰਗ ਨਾਲ ਕਿੱਦਾਂ ਰਿਸ਼ਤਾ ਹੁੰਦਾ। ਹੁਣ ਰਿਸ਼ਤਾ ਤੋੜਨਾ ਜਿਹੜਾ ਤੋੜਨਾ, ਅਜੇ ਵੀ ਟੁੱਲੇ ਵੇਰਾਂ ਦਾ ਕੀ ਵਿਗੜਿਆ? ਮਸਾਂ 15 ਲੱਡੂ ਲੱਗੇ ਹੋਣੇ ਸ਼ਗਨਾਂ ਦੇ। 15 ਲੱਡੂ ਜਿਹੜੇ 100 ਗੋਲਗੱਪੇ ਤੁਣ ਤੁਣ ਕੇ ਖਾ ਗਿਆ? ਓਹ ਮਾੜੀ ਨੀਤ ਵਾਲਿਆ, ਤੂੰ ਮੇਰੇ ਗੋਲਗੱਪੇ ਤਾਂ ਗਿਣੀ ਗਿਆ। ਸਿਮਰਨ, ਸਿਮਰਨ ਡੈਡੀ ਜੀ ਜਲਦੀ ਆ। ਕੀ ਹੋਇਆ? ਬਸ ਮੈਂ ਇਹੋ ਜਿਹੇ ਘਟੀਆ ਬੰਦੇ ਦੇ ਫੰਕਸ਼ਨ ਤੇ 1 ਮਿੰਟ ਵੀ ਨਹੀਂ ਠਹਿਰ ਸਕਦਾ, ਚੱਲ ਤੋਰ ਇੱਥੋਂ। ਠਹਿਰ ਜਾ, ਜਿਹੜਾ 1000 ਰੁਪਏ ਦਾ ਰਾਸ਼ਨ ਖਾਦਾ ਉਹ ਸ਼ਗਨ ਕੌਣ ਪਾਊਗਾ? ਤੇਰਾ ਪਿਓ? ਸ਼ਗਨ ਪਾਵਾਂਗੇ ਅਸੀਂ ਮੁੰਡੇ ਵਾਲਿਆਂ ਨੂੰ, ਕੁੜੀ ਵਾਲਿਆਂ ਦੀ ਅਸੀਂ ਮਕਾਨ ਨਹੀਂ ਜਾਂਦੇ। ਡੈਡੀ ਜੀ ਕੀ ਬੋਲੀ ਜਾਂਦੇ ਹੋ? ਮੇਰੇ ਬੌਸ ਨੇ। ਹੈ? ਤੇਰੇ ਬੌਸ ਆ ਇਹ? ਆ ਚਬਲ ਜਾ ਤੇਰਾ ਸਹੁਰਾ। ਚਬਲ ਤੇਰਾ ਘਟਿਆ ਜਿਹਾ ਬੌਸ ਆ ਨਾ, ਇਹਦੇ ਕੋਲ ਨੌਕਰੀ ਕਰਨ ਦੀ ਬਜਾਏ ਜਿਹੜਾ ਲੋਕਾਂ ਦੇ ਗੋਲ ਗੱਪੇ ਤੱਕ ਗਿਣਦਾ। ਸਾਲਾ ਤੂੰ ਰਿਕਸ਼ਾ ਚਲਾ ਲਾ, ਉਹ 100 ਦਰਜੇ ਬਿਹਤਰ ਆ। ਠੀਕ ਹੈ, ਫਿਰ ਅੱਜ ਤੋਂ ਇਹ ਰਿਕਸ਼ਾ ਹੀ ਚਲਾਊਗਾ। ਹਾਂ, ਰਿਕਸ਼ਾ ਹੀ ਚਲਾਊਗਾ ਯਾਰ, ਤੇਰਾ ਇਸ ਰਿਕਸ਼ਾ ਹੀ ਚਲਾਊਗਾ ਅੱਜ ਯਾਰ। ਬਹੁਤ ਲੈਵਲ ਦੀ ਕਮੇਡੀ। ਮੈਂ ਤੈਨੂੰ ਪਹਿਲੇ ਆਖਿਆ ਸੀ ਕਿ ਜਸਵਿੰਦਰ ਭੱਲਾ ਤੇ ਜਿੱਥੇ ਬੀ ਐਨ ਸ਼ਰਮਾ ਜੀ ਮਿਲ ਜਾਣ। ਤੇ ਵੈਸੇ ਆ ਜਿਹੜੇ ਮੋਟੇ ਜਿਹੇ ਅੰਕਲ ਨੇ ਇਹਨਾਂ ਦਾ ਕੀ ਨਾਂ ਹੈ? ਇਹਨਾਂ ਦਾ ਨਾਮ ਤੁਸੀਂ ਕਮੈਂਟ ਕਰ, ਮੇਰੇ ਆਪ ਜ਼ਿਹਨ ਚੋਂ ਨਿਕਲਿਆ, ਤੁਸੀਂ ਕਮੈਂਟ ਕਰਕੇ ਦੱਸਿਓ। ਹਾਂ, ਕਾਫੀ ਫਿਲਮਾਂ ਦੇ ਵਿੱਚ ਜਿਹੜਾ ਇਹਨਾਂ ਨੇ ਰੋਲ ਪਲੇ ਕੀਤਾ। ਤੇ ਬਾਕੀ ਯਾਰ ਕਮਾਲ, ਜਸਵਿੰਦਰ ਭੱਲਾ ਸਾਹਿਬ ਦੀਆਂ ਜਿਹੜੀਆਂ ਮਿੱਠੀਆਂ ਮਿੱਠੀਆਂ ਜੁਗਤਾਂ, ਮਿੱਠੀਆਂ ਮਿੱਠੀਆਂ ਗੱਲਾਂ ਸਨ ਕਿ ਕਮਾਲ ਦੀਆਂ ਸਨ। ਮਜ਼ਾ ਆ ਗਿਆ ਕਲਿੱਪ ਵੇਖ ਕੇ। ਤੇ ਸਨੀ ਭਾਅ ਜੀ ਕਿੱਦਾਂ ਲੱਗਿਆ? ਮੈਂ ਕਹਿੰਦਾ ਵਾਂ ਕਮਾਲ ਦੀਆਂ ਲੱਗੀਆਂ ਨੇ। ਮੈਂ ਫਸਟ ਟਾਈਮ ਹੀ ਆਪਾਂ ਦੇਖੀ ਆ। ਹਾਂ, ਇਹ ਦੇਖਿਆ ਵੈਸੇ ਆਪਾਂ ਮੂਵੀ ਨਹੀਂ ਵੇਖੀ ਜੇ ਹੋਈ। ਮੈਂ ਇੱਥੇ ਇੱਕ ਮੂਵੀ ਸ਼ਾਇਦ ਵੇਖੀ ਹੋਏਗੀ ਇਹ ਮੂਵੀ ਦਾ ਮੈਨੂੰ ਨਹੀਂ ਲੱਗ ਰਿਹਾ ਵੇਖੀ, ਕਿਉਂਕਿ ਉਹ ਮੁੰਡਾ ਜਿਹੜਾ ਵਿੱਚ ਇਹਨਾਂ ਦੋਵਾਂ ਦੇ ਨਾਲ ਇੱਕ ਆਇਆ ਸੀ ਨਾ ਮੁੰਡਾ, ਉਹ ਇੱਕ ਸਿੰਗਰ ਹੈਗਾ ਹੋਰਨ ਬਲੋ, ਉਹਦਾ ਗਾਣਾ ਵੀ ਇਹ ਬੜਾ ਅੱਛਾ ਗਾਣਾ ਹੁੰਦਾ ਮੁੰਡੇ ਕੇ ਤਾਂ ਵੇਖ ਸੋਹਣੀ ਆ ਨੀ ਮੁੰਡਾ ਹੋਰਨ ਨਾਲ ਬਲੋਂਗ ਕਰਦਾ, ਉਹ ਗਾਣਾ ਆਉਂਦਾ ਹੈਗਾ ਮੁੰਡੇ ਦਾ, ਮੈਨੂੰ ਦੱਸਿਓ ਨਾ, ਦੱਸ ਇਹਨੂੰ ਕਹਿ ਨਾ ਦੱਸ ਉਹ ਮੁੰਡੇ ਦਾ ਯਾਰ ਮੈਨੂੰ ਨਾਮ। ਚਲੋ ਇਹਨਾਂ ਤੋਂ ਜੇ ਹੋਰਨ ਮੁੰਡਾ ਹੋਰਨ ਬਲੋ ਕਰਦਾ, ਹੋਰਨ ਬਲੋ, ਹਾਂ ਤੇ ਉਹ ਹੋਰਨ ਬਲੋ ਵਾਲੇ ਮੁੰਡੇ ਦਾ ਨਾਂ ਕੀ ਸੀ? ਉਹ ਨਾ ਉਹੀ ਤਾਂ ਉਹ ਕਹਿ ਰਿਹਾ, ਮੈਨੂੰ ਨਾਮ ਸਿਰਫ ਥੋੜਾ ਕਿ ਜਿੰਨਾ ਭੁੱਲ ਗਿਆ। ਇਹ ਉਹ ਮੁੰਡੇ ਦਾ ਨਾਮ ਸੀ ਮੁੰਡਾ ਹੋਰਨ ਬਲੋ ਕਰਦਾ, ਐ ਮੁੰਡਾ ਜੇ ਇਹ ਮੁੰਡੇ ਦਾ ਨਾਮ ਸੀ, ਦੱਸੋ ਹਾਂ ਕੀ ਹੈ ਯਾਰ ਇਹਦਾ ਨਾਮ ਕੀ ਸੀ? ਥੱਲੇ ਤਰ੍ਹਾਂ ਸਰਚ ਮਾਰੋ, ਜਿਹਨੇ ਜਿਹਨੇ ਸੁਣਿਆ ਉਹ ਤਰ੍ਹਾਂ ਸਾਨੂੰ ਲਾਜ਼ਮੀ ਦੱਸਿਓ। ਮੈਂ ਤੇ ਬਹੁਤ ਹੀ ਇਹਦਾ ਗਾਣਾ ਸੁਣਿਆ, ਬਹੁਤ ਅੱਛਾ ਵੀ ਹੈਗਾ। ਮੁੜ ਕੇ ਤਾਂ ਵੇਖ ਸੋਹਣੀ ਹੈ ਮੁੰਡਾ ਹੋਰ ਨਾ, ਵੈਸੇ ਕਾਫੀ ਵਧੀਆ ਚੱਲਿਆ ਸੀ।
ਚਲੋ ਬਾਕੀ ਕਿੱਦਾਂ ਲੱਗੀ ਜੀ ਅੱਜ ਦੀ ਕਮੇਡੀ? ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ, ਹੋਰ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਵੀਡੀਓ ਕਰੋ ਸਾਨੂੰ ਸੁਜੈਸਟ। ਹਾਂਜੀ ਬਿਲਕੁਲ, ਰੱਖੋ ਆਪਣਾ ਖਿਆਲ, ਕਿਉਂਕਿ ਮੌਸਮ ਹੋ ਗਿਆ ਠੀਕ, ਹੁਣ ਮੀਂਹ ਤੋਂ ਜਾਣ ਕੁਝ ਛੁੱਟ ਗਈ ਹੈ, ਅੱਜ ਤੋਂ ਵੈਦਰ ਠੀਕ ਹੈ, ਥੋੜ੍ਹਾ ਕਲੀਅਰ ਆ ਰਿਹਾ। ਚਲੋ ਜੀ, ਬਾਕੀ ਮਿਲਦੇ ਹਾਂ ਹੁਣ ਆਪਾਂ ਅਗਲੇ ਵੀਡੀਓ 'ਚ।